मजा नहीं आया। साहिवाल के लोग बड़े मेहमान नवाज ने, पता लगे कि असी स्टार और फनकार ने प्यार रिमल शाह आपको साहिवाल में वेलकम करते हैं। बहुत शुक्रिया। लोग आपका बड़ा बेताबी से इंतजार कर रहे थे। बहुत शुक्रिया। हम भी बहुत बेताबी से इंतजार कर रहे थे सच्ची, क्योंकि धुंधे गुजरती जा रही हैं और धुंधों में ये कुछ चीजें ऐसी होती हैं कि अच्छी लगती हैं धुंधों में। रिमल शाह जी क्या अच्छा लगते हैं? ओए मैं मर गया। रिमल शाह जी मुझे गवर्नमेंट से बहुत इख्तलाफ है। क्यों? और जड़ी गवर्नमेंट धुंध पे काबू नहीं पा सकती, उन्हें मुल्क पे काबू की पाना। जिन्नी धुंध पै रही अल्लाह की कसम साड़ी धुंध पाड़ गई। आज रिमल जी हमारे ड्रामे में पाकिस्तान क्रिकेट टीम के लेजेंड प्लेयर अब्दुल रहमान साहब निजी मसरूफियत की वजह ना नहीं आ सके। यार शुक्रिया सर, तुसी आ गल करके ना बिल्कुल ही मेरी दिल दे विचों अपनी जगह खत्म कर ली। जी तुसी सुनाओ, असी ते गल्लां करी जानियां वा, तुसी सुनाओ किदां मौसम? जोबन बच्चा जोबन। अच्छा इदां दीआं खूबसूरत मूर्तां जिहड़ियां हुंदीआं ने ना, एवें पेट्रोल पंप ते तेल पैंदा वेख के घबरा जांदीआं। हाय मैं मर गई, नहीं इदां पैंदा वा। अगला पेट्रोल पा के माड़ी नोजल बाहर कढो, इदां दी मूरत ते जान ते बन जांदी आ। हाय मैं मर गई, भी किदां काटदा वा तू। और कुछ मूर्तां इदां दीआं हुंदीआं जिन्हां दा जिंदगी दे विच किसे ने मुजरा नहीं देखिआ हुंदा, आखरी उम्र तां चपाना सिंटां दा खोखा पा के बह जांदीआं। हुण जिहड़ा भी गाहक आवे ना, उहदे नाल अपना ठरक पूरा करन दा, उहनूं पुछण दे हां वे की लैणा वा, ਉਹ ਬੰਦਾ ਕਹਿੰਦਾ ਮੈਂ ਸੀਟਾਂ ਲੈਣੀਆਂ, ਉਹਦੇ ਅੱਗੇ ਡੱਬੀ ਕਰਕੇ ਕਹਿਣਗੇ ਆ ਲੈ ਪਾੜਵੇ ਆਪੇ ਹੀ ਕੱਢ ਲੈ। ਉਹ ਸਿਗਰਟ ਕੱਢੂ, ਏਦਾਂ ਦੀ ਮੂਰੀ ਦੀ ਜਾਨ ਤੇ ਬਣ ਜਾਂਦੀ ਆ। ਹਾਏ ਮੈਂ ਮਰ ਗਈ, ਵੀ ਕਿੱਦਾਂ ਕੱਢਦਾ ਵਾਂ ਤੂੰ, ਤੂੰ ਜਿੱਦਾਂ ਕੱਢਦਾ ਵਾਂ ਤੂੰ ਏਦਾਂ ਪਾਉਂਦਾ ਨਹੀਂ। ਅੱਛਾ ਚੱਲ ਵਾਪਸ ਪਾ ਇਹਨੂੰ। ਓਏ ਲਾ ਰਾਸ਼ਨ ਕੁਮਾਰ ਸਾਹਿਬ ਵੈਰੀ ਗੁੱਡ ਜੀ। ਅਸੀਂ ਇਹਨਾਂ ਦੇ ਬਾਰੇ 'ਚ ਇੱਕ ਸ਼ੇਰ ਕਵਾਂਗੇ, ਕਹਿੰਦਾ ਇਕੱਲਾ ਹੋਵੇ ਤਾਂ ਸੋਚਾਂ ਦੇ ਖੋਲੇ ਗੁੰਜਲ, ਮਹਿਫਲ ਹੋਵੇ ਤੇ ਬਾਗ ਬਹਾਰ ਬਣਦਾ, ਤੇ ਜਿੱਥੇ ਹੋਵੇ ਝੂਠ ਸੱਚ ਦਾ ਮਾਰਕਾ, ਉੱਥੇ ਚਮਕ ਦੀ ਤੇਗ ਦੀ ਧਾਰ ਬਣਦਾ, ਤੇ ਨਿਰਾ ਹੁਸਨ ਹੀ ਨਹੀਂ ਫਨ ਨਾਜ਼ਸ਼, ਰਤ ਜਿਗਰ ਦੀ ਦਈਏ ਤੇ ਸ਼ਾਹਕਾਰ ਬਣਦਾ, ਤੇ ਦਾਨ ਦਈਏ ਜੇ ਲੱਖਾਂ ਜਗਰਾਤਿਆਂ ਦਾ, ਤਦ ਜਾ ਕੇ ਇੱਕ ਰਾਸ਼ਦ ਵਰਗਾ ਫਨਕਾਰ ਬਣਦਾ। ਮਿਹਰਬਾਨੀ ਸਰ, ਮਿਹਰਬਾਨੀ ਸਰ। ਅੱਛਾ ਇੱਦਾਂ ਦੇ ਬੰਦੇ ਦਾ ਖਾਸ ਖਿਆਲ ਰੱਖਣਾ ਤੁਸੀਂ, ਇੱਦਾਂ ਦਾ ਬੰਦਾ ਮੁਲਕ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਕਰਦਾ ਤਾਂ ਜਾਣ ਲੱਗਾ ਮੋਬਾਈਲ ਚੁੱਕ ਲਈ ਜਾਂਦਾ ਹੁੰਦਾ। ਪਾਕਿਸਤਾਨ ਜ਼ਿੰਦਾਬਾਦ। ਅੱਛਾ ਇਹੋ ਜਿਹਾ ਬੰਦਾ ਨਾ ਈਦ ਵਾਲੇ ਦਿਨ ਮਰ ਕੇ ਪੂਰੇ ਟੱਬਰ ਦੀ ਈਦ ਖਰਾਬ ਕਰ ਦਿੰਦਾ। ਓਕੇ ਵੀ ਜਿਹਨਾਂ ਨੇ ਸੇਵੀਆਂ ਪਕਾਈਆਂ। ਇਹਦਾ ਪਿਓ ਮਰ ਗਿਆ, ਰੋਈ ਜਾ ਆਪਾਂ ਹਨੇਰਾ ਕਰ ਚੱਲਿਆ। ਕਿੱਥੋਂ ਲਈ ਆ ਰਹੇ ਹੈ? ਮੈਨੂੰ ਪੁੱਛੋ ਹੁਈ ਸੀ ਇਹ ਰਿਮਲ ਸ਼ਾਹ। ਵਾਹ ਸਟਾਰ। ਵਾਲੇਕਮ ਸਲਾਮ, ਕੈਸੇ ਹੈਂ ਆਪ? ਮੈਡਮ ਮੈਂ ਠੀਕ ਹਾਂ। ਅੱਛਾ ਸਵਾਲ ਕਰਾਂ, ਮਾਈਂਡ ਤੇ ਨਹੀਂ ਕਰੋਗੇ? ਜੀ ਕਰੇ। ਦੇਖੋ ਮੈਂ ਇੰਨਾ ਸਫ਼ਰ ਕਰਕੇ ਸਾਹੀਵਾਲ ਆਇਆ ਕਿ ਮੈਂ ਆਪਣੇ ਭਰਾਵਾਂ ਨੂੰ ਹਸਾਵਾਂ, ਜੇ ਹਸਾਉਣ ਵਾਸਤੇ ਕੋਈ ਗੱਲ ਕਰਾਂ ਤਾਂ ਕਾਇੰਡਲੀ ਤੁਸੀਂ ਮਾਈਂਡ ਤੇ ਨਹੀਂ ਕਰੋਗੇ? ਬਿਲਕੁਲ ਨਹੀਂ। ਅਕਸਰ ਕੁੜੀਆਂ ਬਾਹਰ ਜਾ ਕੇ ਕਹਿੰਦੀਆਂ ਸਰ ਉਹ ਹਮਾਰੇ ਫੈਨ ਬੈਠੇ ਹੋਏ ਥੇ, ਯੇ ਹੋ ਗਿਆ ਵੋ ਗਿਆ, ਆਪ ਮਾਈਂਡ ਤੋਂ ਨਹੀਂ ਕਰੇਂਗੀ? ਨਹੀਂ ਨਹੀਂ। ਆਪ ਵਾਕਈ ਲੇਡੀਜ਼ ਹੈ? ਹਾਂਜੀ। ਕੈਸੀ ਬਾਤੇਂ ਕਰ ਰਹੇ ਹੈਂ ਆਪ? ਨਹੀਂ ਅੱਜ ਕੱਲ੍ਹ ਨਾ ਉਹ ਵੀ ਬਹੁਤ ਸੋਹਣੇ ਆ ਰਹੇ ਨੇ, ਉਹ ਤੇ ਬੰਦੇ ਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਨਸ਼ੇ 'ਚ ਕੋਈ ਚੀਜ਼ ਹੱਥ 'ਚ ਹੋਇਆ। ਕੀ ਹੋਇਆ? ਉਹ ਬੰਦਾ ਜਿੰਨੇ ਮਰਜ਼ੀ ਨਸ਼ੇ 'ਚ ਹੋਵੇ ਉਹਦੇ ਵੱਲ ਮੂੰਹ ਕਰਕੇ ਹੀ ਸੌਂਦਾ। ਤੁਸੀਂ ਵੀ ਤਾਂ ਗਰਮ ਗਰਮ ਨੂੰ ਹੀ ਹੱਥ ਲਾ ਲੈਂਦੇ ਹੋ ਨਾ, ਜ਼ਰਾ ਠੰਡਾ ਤੇ ਹੁੰਦਿਆ ਕਰੋ। ਸਾਹੀਵਾਲ ਆਏ ਹੋ ਤੁਸੀਂ? ਹਾਂਜੀ। ਸਾਹੀਵਾਲ ਬੜਾ ਮਹਿਮਾਨ ਨਵਾਜ਼ਾਂ ਦਾ ਸ਼ਹਿਰ ਹੈ ਜੀ। ਹਾਂਜੀ। ਅੱਛਾ ਮੈਂ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਚੱਲ ਜਾਂ, 2 ਕੁ ਮਹੀਨੇ ਬਾਅਦ ਮੈਂ ਇੱਥੇ ਲਾਜ਼ਮੀ ਆਣਾ ਹੁੰਦਾ। ਹਾਂ ਪਿਆਰ ਉਹਨਾਂ ਲੋਕਾਂ ਦਾ ਸਭ ਤੋਂ ਜ਼ਿਆਦਾ। ਪਿਆਰੇ ਹੋ ਤੁਸੀਂ, ਖੁਦਾ ਦੀ ਕਸਮ ਤੇ ਤੁਹਾਡੇ ਨਾਲ ਪਿਆਰ ਕਰਦੇ ਆ। ਨਹੀਂ ਸੋਹਣੇ ਹੀ ਇੰਨੇ ਨੇ ਮਾਸ਼ਾਅੱਲਾ। ਕੌਣ ਟਾਈਮ ਹੀ ਦੇ ਰਹੇ ਹੋ ਉਹਨਾਂ ਕੇ? ਕਾਸਟ ਵੱਡੀ ਹੈ, ਤੁਹਾਡੀ ਅੱਖ ਲੱਗੀ ਸੀ ਪਹਿਲੇ ਵੀ ਐਂਟਰੀ ਕਰ ਗਏ ਨੇ। ਨਹੀਂ ਕਾਸਟ ਕਾਸਟ
ਮੇਰੇ ਸਿਰ ਸਾਰੇ ਚੜੇ ਹੋਏ ਨੇ ਕਿ ਤੂੰ ਡਾਇਰੈਕਟਰ ਸਾਡਾ ਟਾਈਮ ਸ਼ਾਰਟ ਕਰੀ ਨਾ ਦੂਜਾ ਸ਼ੋਅ ਵੀ ਮੈਂ ਚਲਾਣਾ ਮੇਰਾ ਤੂੰ ਡਾਇਰੈਕਟਰ ਆ ਚਲਾ ਹੀ ਚਲਾ ਖਾ ਚਲੋ ਹਲਕੇ ਤੂੰ ਅੱਛਾ ਜਿਹੜਾ ਜਿਹਦੇ ਸਭ ਤੋਂ ਵੱਡਾ ਵਾਜਾ ਚੁੱਕਿਆ ਹੁੰਦਾ ਉਹ ਤੁਹਾਡੇ ਚੋਂ ਬਦਵਾਇਆ ਵੀ ਬਾਕੀ ਨਿੱਕੇ ਨਿੱਕੇ ਫੜੇ ਉਹਨੂੰ ਆ ਚੁਕਵਾਇਆ ਉਹਨੂੰ ਵਿਚਾਰੇ ਨੂੰ ਅੱਛਾ ਇਹ ਫਾਜ਼ਿਲ ਸਾਹਿਬ ਕਸਮੇ ਪਿਓ ਦੀ ਗੱਲ ਨਹੀਂ ਮੰਨਦੇ ਉਹ ਸੋਟੀ ਵਾਲਾ ਭਵਾਂ ਸਰਗੋਦੇ ਲੈ ਜਵੇ ਇੰਜ ਕਰਕੇ साहिवाल आए हो कुछ और खाना पीना अगर ऐसे खिलाओगे तो मैं बल्कि इस घंटी का जिथे होएगा बोलेगा जरूर और नस के जा तेरी भैन की औलाद लग गई हो ये वही भैन थी जिन्हें अपनी मर्जी की थी कुछ और खा रहे आप बर्गर मंगवाए हाँ बर्गर केड़ा खाना जी अंडा शामी वाला अंडा शामी वाला बर्गर लिया वो केड़ा वो नहीं होता वाला सेंटर वाला उन्होंने दिया क्योंकि सेंटर वाला ही स्पाइसी होता है यार उसका जिक्र ना करना मेहरबानी मेरी जान आई है देख तो सही हां नसरीन दिया ਇਦਾਂ ਦੇ ਬੰਦੇ ਹਾਜੀਆਂ ਤੇ ਜਹਾਜ਼ 'ਚ ਬੈਠ ਕੇ ਸੋਚਣ ਦੇ ਹੁੰਦੇ ਨੇ ਯਾਰ ਮੈਂ ਕੰਜਰ ਜਿਹਾ ਬੰਦਾ ਮੈਨੂੰ ਕਿਤੇ ਲਾਹ ਹੀ ਨਾ ਦੇਣ